ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਕੜਨਾ ਕਰਦਾ ਆਪਾਂ ਸੇਮ ਹੋਟਲ 'ਤੇ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ ਆਪਾਂ ਵੀ ਕਰਕੇ ਸ਼ੋਅ ਲਾਉਣਗੇ ਸੀ ਹੈਡਲਾਈਨ ਵਿੱਚ ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਹੇ ਸੀ ਤੇ ਸਾਡੀ ਫਲਾਈਟ ਸੀਗੀ ਤੇ ਰੋਹਿਤ ਸ਼ਰਮਾ ਬਾਹਰ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਝ ਨਹੀਂ ਮੈਂ ਸਿੱਧਾ ਬਾਈਆਂ ਨੂੰ ਕਿਹਾ ਮੈਂ ਕਿਹਾ ਬਾਈ ਸਸਰੀ ਕਾਲ ਮੇਰੀ ਸਾਸਰੀ ਘਰ ਉਹਨੇ ਕਿਤੇ ਦੇਖੀ ਐ ਕਰੀ ਮੇਰੇ ਨਾਲ ਦੇਖਿਆ ਉਹ ਸਦਾ ਸ਼ਾਇਦ ਮੈਨੂੰ ਸਾਸਰੀ ਘਰ ਨਹੀਂ ਚੰਗੀ ਲੱਗੀ ਮੇਰੀ ਤੇ ਉਹ ਜਾ ਕੇ ਬਸ ਜਿੱ ਬਹਿ ਗਿਆ ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜਾ ਕੰਮ ਦਾ ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ ਉੱਥੇ ਕੋਈ ਨਹੀਂ ਸੀ ਤਿੰਨ ਚਾਰ ਬੰਦੇ ਮੇਰੇ ਨਾਲ ਦੇ ਤੇ ਇਹ ਵੀ ਮੇਥੇ ਹੱਸ ਪੈ ਉਹਨੂੰ ਸਾਲਾ ਬੜਾ ਬਰਾਜਾ ਲੱਗਾ ਮੈਂ ਕਿਹਾ ਯਾਰ ਮੈਂ ਸ਼ਾਇਦ ਮੈਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ ਤੇ ਵੈਸੇ ਇਨਸਾਈਡ ਮੈਂ ਵੀਰ ਕਰਦਾ ਸੀ ਅਰਸ਼ਦੀਪ ਦੀ ਕਿਉਂਕਿ ਮੈਨੂੰ ਸੁਨੇਹਾ ਆਇਆ ਸੀ ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ ਮੈਂ ਮੈਨੂੰ ਪਤਾ ਸੀ ਇਹਦੇ 11 15 15 ਫਲੋਰ ਤੇ ਉੱਪਰ ਰਹਿੰਦੇ ਆ ਪਰ ਮੈਂ ਤਾਂ ਨਹੀਂ ਗਿਆ ਮੈਂ ਗਿਆ ਛੱਡ ਕੇ ਦੇਖੋ ਪ੍ਰਾਈਵੇਸੀ ਹੁੰਦੀ ਨਾ ਐਨੀਵੇ ਫੈਨ ਫੈਨੀ ਜਿਦੋਂਦੇ ਆ ਤੇ ਫੈਨੀ ਹਰਾਉਂਦੇ ਆ ਸ਼ਰਮਾ ਸਾਹਿਬ ਚਲੋ ਇੱਕ ਤੁਸੀਂ ਬਹੁਤ ਤੇ ਵੱਡਾ ਫੈਨ ਲੂਜ਼ ਕਰ ਲਿਆ ਗੋਡ ਬlesਸ ਯੂ ਆ ਬਾਈ ਫੋਰ ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ ਤੁਹਾਨੂੰ ਪਤਾ ਜਦੋਂ ਇੰਡੀਆ ਹਾਰ ਲੱਗੀ ਸੀ ਪਾਕਿਸਤਾਨ ਤੋਂ ਕਿਹਨੇ ਜਿਤਾਇਆ ਦਾਸ ਨੇ ਤੇ ਫਿਰ ਬੰਗਲਾਦੇਸ਼ ਤੋਂ ਹਾਰ ਲੱਗੀ ਸੀ ਫਿਰ ਕਿਹਨੇ ਜਿਤਾਇਆ ਦਾਸ ਨੇ ਤੇ ਹਰਾਇਆ ਕਿਨੇ ਦਾਸ ਨੇ ਇੱਕ ਫੈਨ ਨੇ ਲਵ ਯੂ ਗੋਡ ਬlesਸ ਯੂ